ਕਦੋਂ ਦੀ ਇਹ ਘਟਨਾ ਜੀ? ਇੱਕ ਰਾਤ ਦੀ ਘਟਨਾ ਜੀ, ਕੱਲ ਰਾਤ ਦੀ ਮੈਂ ਰੋਟੀ ਖਾ ਰਿਹਾ ਸੀ, ਬਾਅਦ ਲੋਕਾਂ ਨੇ ਦੱਸਿਆ ਵੀ ਤੇਰੀ ਗੱਡੀ ਨੂੰ ਅੱਗ ਲੱਗੀ ਹੈਗੀ, ਬਾਹਰ ਆ ਕੇ ਦੇਖਿਆ ਵੀ ਸ਼ਾਇਦ ਬੱਤੀ ਬਿਜਲੀ ਤਾਰ ਲੱਗੀ ਸੀ, ਉਹਨਾਂ ਕਰ ਗਈ ਹੈ। ਮੈਂ ਦੇਖਿਆ, ਮੈਂ ਕਿਹਾ ਕਿਵੇਂ ਚੱਕ ਕਰਾਂ, ਜਦੋਂ ਮੈਂ ਕਿਵੇਂ ਚੱਕ ਕੀਤਾ ਪਤਾ ਲੱਗਾ ਵੀ ਇਹ ਪਾਣਾ ਵਰਤਿਆ ਜੀ। ਆਪਾਂ ਪੰਜਾਬ ਚ ਇਹੀ ਕਵਾਂਗੇ ਕਿ ਗੁੰਡਾ ਗਰਦੀ ਦਾ ਨੰਗਾ ਨਾਚ ਪੰਜਾਬ ਦੇ ਵਿੱਚ ਸ਼ਰੇਆਮ ਸ਼ੁਰੂ ਹੋ ਗਿਆ ਹੈ। ਹਿੰਦੂਆਂ ਦੇ ਘਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਕਿ ਇਹਨਾਂ ਦੇ ਘਰ ਉਡਾ ਦਿੱਤੇ ਜਾਣ। ਕੱਟੜਪੰਥੀਆਂ ਵੱਲੋਂ ਇਹ ਪਾਇਆ ਗਿਆ ਵੀ ਥਾਪਰ ਦੁਆਰਤੀ ਟਾਂਕੇ ਲਾਉਣ ਨੂੰ ਤਿਆਰ ਹੋ ਗਿਆ, ਲੋਕੇਸ਼ਨ ਲੁਧਿਆਣਾ ਕਚਹਿਰੀ। ਸ਼ਰੇਆਮ ਧਮਕੀਆਂ ਦੇ ਰਹੇ, ਮੈਸੇਜ ਪਾ ਰਹੇ ਹੈ ਜਿਵੇਂ ਥਾਪਰ ਸਾਹਿਬ ਕਚਹਿਰੀ ਹੈ, ਕਿ ਤੁਸੀਂ ਕਚਹਿਰੀ ਘੁੰਮਦੇ ਪਏ ਹੋ, ਮਤਲਬ ਇਹ ਕੀ ਹੈ? ਮਤਲਬ ਰੇਕੀ ਹੋ ਰਹੀ ਹੈ ਨਾ? ਚੱਲ ਰਿਹਾ ਜੋ 90 ਦਾ ਦਸ਼ਕ ਜੰਮੂ ਐਂਡ ਕਸ਼ਮੀਰ 'ਚ ਚੱਲਦਾ ਸੀ ਨਾ, 90 'ਚ ਜਿੱਦਾਂ ਹਿੰਦੂ ਰਾਤੋਂ ਰਾਤ ਭੱਜਿਆ ਸੀ, ਉਹ ਹਾਲਾਤ ਪੰਜਾਬ ਦੇ ਪੈਦਾ ਕੀਤੇ ਜਾ ਰਹੇ ਆ। ਪੰਜਾਬ ਨੂੰ ਕਸ਼ਮੀਰ ਬਣਾਇਆ ਜਾ ਰਿਹਾ। ਸਾਨੂੰ ਪਤਾ ਕਿ 48 ਘੰਟੇ ਦੇ ਵਿੱਚ ਕੋਈ ਸੋਲਵ ਨਹੀਂ ਹੋਣਾ, ਇੱਥੇ ਪ੍ਰਸ਼ਾਸਨ ਦਾ ਕੋਈ ਵੀ ਬੰਦਾ ਇੱਥੇ ਹਜੇ ਤੱਕ ਆਇਆ ਨਹੀਂ ਹੈ। 5 ਜੁਲਾਈ ਨੂੰ ਪਹਿਲੀ ਮੇਰੇ ਵਾਲੀ ਹੋ ਰਹੀ ਹੈ, ਬਖਸ਼ੀ ਸਾਹਿਬ ਇੱਧਰ ਆ, ਹੁਣ ਬਖਸ਼ੀ ਸਾਹਿਬ ਵਾਲੀ ਹੋ ਗਈ। ਸਮਝੋ 3 ਮਹੀਨੇ 'ਚ ਦੂਜੀ ਘਟਨਾ ਹੋ ਗਈ ਜ਼ਬਰਦਸਤ। ਇਹ ਵਿਧਾਇਕ ਨੇ ਉਹਨਾਂ ਨੂੰ ਕੋਈ ਪਹੁੰਚਾਈ ਹੁਣ ਤੱਕ ਜਾਣਦਾ ਨਹੀਂ। ਇਹ ਦੱਸਣਾ ਪਊਗਾ ਕਿ ਵਿਧਾਇਕ ਸਾਹਿਬ ਤੁਸੀਂ ਇੱਥੇ ਆਓ, ਸਾਡਾ ਪਤਾ ਕਰੋ। ਸਤਿ ਸ਼੍ਰੀ ਅਕਾਲ ਜੀ, ਲੁਧਿਆਣਾ ਲਾਈਵ ਦੇਖ ਰਹੇ ਹੋ ਤੁਸੀਂ, ਮੈਂ ਹਰਵਿੰਦਰ ਸਿੰਘ ਢਿੱਲੋਂ। ਇਸ ਟਾਈਮ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਚੰਦਰ ਨਗਰ ਦੀਆਂ ਨੇ, ਨਿਊ ਚੰਦਰ ਨਗਰ ਲੁਧਿਆਣਾ ਦੀਆਂ, ਜੋ ਕਿ ਸ਼ਿਵ ਸੈਨਿਕ ਯੋਗੇਸ਼ ਬਖਸ਼ੀ ਜਿਹੜੇ ਨੈਸ਼ਨਲ ਪ੍ਰੈਜ਼ੀਡੈਂਟ ਨੇ ਸ਼ਿਵ ਸੈਨਾ ਭਾਰਤ ਵੰਸ਼ੀ ਤੋਂ, ਇੱਕ ਹਾਦਸਾ ਜਿਹੜਾ ਇੱਥੇ ਹੋਇਆ, ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਪੈਟਰੋਲ ਦਾ ਬੰਬ ਦੱਸਿਆ ਜਾ ਰਿਹਾ ਕਿ ਸਿੱਟਿਆ। ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਜਿਹੜਾ ਦੀਵਾਰ ਦੇ ਉੱਪਰ ਧੂੰਏ ਦੇ ਜਿਹੜੇ ਨਿਸ਼ਾਨ ਨੇ, ਔਰ ਸ਼ਿਵ ਸੈਨਾ ਦੇ ਜਿਹੜੇ ਆਗੂ ਨੇ, ਵੱਡੇ ਆਗੂ ਔਰ ਜਿਹੜੇ ਕਾਰਜਕਰਤਾ ਨੇ, ਸਭ ਇੱਥੇ ਇਕੱਠੇ ਹੋਏ ਨੇ। ਮੀਡੀਆ ਭਾਈਚਾਰਾ ਪਹੁੰਚਿਆ ਗੱਲਬਾਤ ਜਾਣਨ ਦੇ ਲਈ ਕਿ ਆਖਰ ਇਹ ਘਟਨਾ ਜਿਹੜੀ ਵਾਪਰੀ ਹੈ ਕਿਸ ਤਰ੍ਹਾਂ ਵਾਪਰੀ ਹੈ, ਉਹਦੇ ਕਾਰਨ ਕੀ ਨੇ, ਸੋ ਗੱਲਬਾਤ ਕਰਾਂਗੇ ਅਸੀਂ। ਤਾਂ ਸ਼ਿਵ ਸੈਨਾ ਜਿਹੜੇ ਆਗੂ ਨੇ ਉਹ ਸਾਡੇ ਨਾਲ ਮੌਜੂਦ ਨੇ, ਔਰ ਉਹਨਾਂ ਦੇ ਜਿਹੜਾ ਬਖਸ਼ੀ ਜੀ ਨੇ ਉਹਨਾਂ ਦੇ ਗ੍ਰਹਿ ਦੇ ਉੱਪਰ ਇਹ ਜਿਹੜਾ ਹਮਲਾ ਹੋਇਆ ਸਾਰੀ ਜਾਣਕਾਰੀ ਲੈਂਦੇ ਹਾਂ। ਬਖਸ਼ੀ ਜੀ, ਕਦੋਂ ਦੀ ਇਹ ਘਟਨਾ ਜੀ? ਇੱਕ ਰਾਤ ਦੀ ਘਟਨਾ ਜੀ, ਕੱਲ੍ਹ ਰਾਤ ਦੀ ਟਾਈਮ ਉਹਨਾਂ ਨੂੰ ਪੁਣੇ ਦਾ ਟਾਈਮ ਉਹਨਾਂ ਪੁਣੇ ਦਾ ਟਾਈਮ ਉਹਨਾਂ ਪੁਣੇ ਦਾ ਅਤੇ ਮੈਂ ਰੋਟੀ ਖਾ ਰਿਹਾ ਸੀ, ਬਾਅਦ ਲੋਕਾਂ ਨੇ ਦੱਸਿਆ ਵੀ ਤੇਰੀ ਗੱਡੀ ਨੂੰ ਅੱਗ ਲੱਗੀ ਹੈਗੀ ਹੈ, ਬਾਹਰ ਆ ਕੇ ਦੇਖਿਆ ਵੀ ਸ਼ਾਇਦ ਬੱਤੀ ਬਿਜਲੀ ਤਾਰ ਲੱਗੀ ਸੀ, ਉਹਨਾਂ ਗੱਲ ਕੀ ਹੈ, ਮੈਂ ਅੱਗੇ ਭਜਾਈ ਵੀ ਜੀ, ਅਤੇ ਮੈਂ ਦੇਖਿਆ ਤਾਰ ਅੱਗ ਲੱਗੀ ਹੋਣੀ ਹੈ। ਮੈਂ ਦੇਖਿਆ, ਮੈਂ ਕਿਹਾ ਕਿਵੇਂ ਚੱਕ ਕਰਾਂ, ਜਦੋਂ ਮੈਂ ਕਿਵੇਂ ਚੱਕ ਕੀਤਾ ਪਤਾ ਲੱਗਾ ਵੀ ਇਹ ਪਾਣਾ ਵਰਤਿਆ ਜੀ। ਅਤੇ ਗੱਡੀ ਵੀ ਤੁਹਾਡੀ ਨੁਕਸਾਨ ਨਹੀਂ ਗਈ ਹੈ? ਨਹੀਂ, ਨੁਕਸਾਨ ਕੋਈ ਨਹੀਂ ਹੋਇਆ ਜੀ, ਵੀ ਟਾਈਮ ਸਿਰ ਅੱਗ ਅੱਗ ਨੂੰ ਕਾਬੂ ਪਾ ਲਿੱਤਾ। ਅਤੇ ਸੀ ਸੀ ਟੀ ਵੀ ਵੀਡੀਓ ਵੀ ਕੋਈ ਹੈਗੀ ਹੈ ਘਟਨਾ? ਸੀ ਸੀ ਵੀਡੀਓ ਜੋ ਮੈਂ ਪ੍ਰਸ਼ਾਸਨ ਦਿੱਤੀ ਸਰਕਾਰ ਨੇ ਦਿੱਤੀ ਸਰ, ਕੀ ਹੈ ਵੀਡੀਓ ਦੇ ਵਿੱਚ ਕਿਹਨਾਂ ਵੱਲੋਂ ਕੀਤਾ ਗਿਆ, ਕੋਈ ਪਹਿਚਾਣ ਹੋਈ ਹੈ? ਬਾਈਕ 'ਤੇ ਆਏ ਸੀ, ਕਾਹਦੇ 'ਤੇ ਆਏ ਸੀ? ਦੋ ਬੰਦੇ ਬਾਈਕ 'ਚ ਆਉਂਦੇ, ਹੈਲਮਟ ਪਾਇਆ ਉਹਨਾਂ ਨੇ ਜੀ, ਅਤੇ ਆ ਮਗਾ ਇੱਥੇ ਥੋੜ੍ਹੇ ਅੱਗੇ ਖੜ੍ਹਦੇ ਆ ਉਹ, ਅਤੇ ਉਹ ਬੋਤਲ ਜੀ ਮਾਰਦੇ ਆ ਉਹਦੇ 'ਚ, ਅਤੇ ਬਾਅਦ ਪ੍ਰਸ਼ਾਸਨ ਨੇ ਕਿਹਾ ਕਿ ਵੀ ਹਾਂ ਵੀ ਉਹਨਾਂ ਨੇ ਵੀ ਅੱਜ ਪੈਟਰੋਲ ਪਾਇਆ ਸੀ ਉਹ 'ਚ। ਠੀਕ ਹੈ, ਤੁਹਾਡੇ ਵੱਲੋਂ ਜਿਹੜੀ ਪੁਲਿਸ ਨੂੰ ਜਿਹੜੀ ਸੂਚਨਾ ਕਦੋਂ ਦਿੱਤੀ ਗਈ ਹੈ ਇਸ ਦੀ? ਮੈਂ ਉਸੇ ਦੇ ਦਿੱਤੀ ਸੀ ਅੱਧੇ ਘੰਟੇ ਬਾਅਦ ਜੀ, ਮਤਲਬ ਜਦੋਂ ਮਤਲਬ ਕਿ ਮੈਨੂੰ ਉੱਥੇ ਮੈਂ ਆਹ ਦੇ ਦਿੱਤਾ ਜੀ, ਅਫਸਰ ਨੇ ਸੀ, ਐਸਪੀ ਸਾਹਿਬ ਅਤੇ ਡਿਪਟੀ ਸਾਹਿਬ ਆਏ ਸੀਗੇ, ਉਹ ਆ ਕੇ ਆਪਣੀ ਜੋ ਬੋਤਲ ਆਈ ਸੀ ਉਹ ਲੈ ਗਏ ਸੀ ਨਾਲ। ਅਮਿਤ ਜੀ, ਕਿਸ ਤਰ੍ਹਾਂ ਦੇਖ ਰਹੇ ਹੋ ਸਾਰੀ ਘਟਨਾ ਨੂੰ, ਕਿਹਨਾਂ ਵੱਲੋਂ ਇਹ ਜਿਹੜਾ ਕੀਤਾ ਹੋ ਸਕਦਾ, ਕੋਈ ਲੱਗਦਾ ਤੁਹਾਨੂੰ ਹੁਣ ਤੱਕ ਪਤਾ ਲੱਗਿਆ ਕਿਹਨਾਂ ਦੀ ਸ਼ਰਾਰਤ ਹੈ? ਕਿਹਨਾਂ ਦੀ ਸ਼ਰਾਰਤ ਹੋਊਗੀ ਜੀ? ਪੱਤਰਕਾਰ ਸਾਹਿਬ, ਸਾਰਿਆਂ ਨਾਲ ਪਹਿਲਾਂ ਤਾਂ ਥਾਪਰ ਸਾਹਿਬ 'ਤੇ ਜਿਹੜਾ ਹਮਲਾ ਹੁੰਦਾ ਤੁਸੀਂ ਦੇਖਿਆ ਹੀ ਸੀਗਾ ਕਿ ਸ਼ਰੇਆਮ ਕਿੱਦਾਂ ਮਾਰ ਕੇ, ਸਮਝੋ ਕਿ 16 ਕਿਰਪਾਨਾਂ ਮਾਰੀਆਂ, ਫਿਰ ਵੀ ਠਾਕੁਰ ਜੀ ਦੇ ਆਸ਼ੀਰਵਾਦ ਨਾਲ, ਬਿਹਾਰੀ ਜੀ ਦੀ ਕਿਰਪਾ ਨਾਲ, ਵੱਡਾ ਭਰਾ ਸਾਡਾ ਸਾਡੇ ਵਿੱਚ ਹੈ, ਇਹ ਆਸ਼ੀਰਵਾਦ ਹੈ ਬਿਹਾਰੀ ਜੀ ਦਾ। ਇਹ ਤਾਂ ਉਹ ਗਿੱਦੜ ਨੇ, ਗਿੱਦੜ ਮੈਂ ਗਿੱਦੜ ਕਹੂੰਗਾ, ਤੁਸੀਂ ਰਾਤ ਵੀ ਸੀਨ ਦੇਖਿਆ, ਉਹ ਗਿੱਦੜਾਂ ਦਾ ਥਾਪਰ ਸਾਹਿਬ ਸੀਨ ਦੇਖਿਆ ਕਿ ਸ਼ੇਰ ਨੂੰ ਕਿੰਨੇ ਗਿੱਦੜ ਪੈ ਗਏ। ਰਾਤ ਵੀ ਗਿੱਦੜਾਂ ਹਾਲ ਤੁਸੀਂ ਦੇਖਿਆ ਕਿ ਕਿੱਦਾਂ ਖੜ ਕੇ ਬੰਬ ਮਾਰ ਦੇਵੇ, ਬਟ ਮਤਲਬ ਪੰਜਾਬ ਦੇ ਵਿੱਚ, ਮਤਲਬ ਆਪਾਂ ਕੀ ਗਿਣਾਂਗੇ, ਕਿ ਆਪਾਂ ਪੰਜਾਬ 'ਚ ਇਹੀ ਕਹਾਂਗੇ ਕਿ ਗੁੰਡਾਗਰਦੀ ਦਾ ਨੰਗਾ ਨਾਚ ਪੰਜਾਬ ਦੇ ਵਿੱਚ ਸ਼ਰੇਆਮ ਸ਼ੁਰੂ ਹੋ ਗਿਆ ਹੈ। ਸਿਰਫ ਹਿੰਦੂਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ, ਹਿੰਦੂਆਂ ਦੇ ਘਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਕਿ ਇਹਨਾਂ ਦੇ ਘਰ ਉਡਾ ਦਿੱਤੇ ਜਾਣ, ਮਤਲਬ ਇਹ ਸ਼ਰੇਆਮ ਦੇਖ ਲਓ ਪੰਜਾਬ ਦੇ ਵਿੱਚ, ਮੈਂ ਕਹੂੰਗਾ ਤਾਲਿਬਾਨ ਰਾਜ ਆ ਗਿਆ ਪੰਜਾਬ 'ਚ। ਕੋਈ ਫੋਨ, ਕੋਈ ਮੈਸੇਜ, ਕੋਈ ਕਿਸੇ ਨੇ ਜ਼ਿੰਮੇਵਾਰੀ ਲਈ ਹੋਵੇ ਇਸ ਘਟਨਾ ਦੀ? ਸ਼ਰੇਆਮ ਧਮਕੀਆਂ ਦੇ ਰਹੇ, ਮੈਸੇਜ ਪਾ ਰਹੇ ਹੈ ਜਿਵੇਂ ਥਾਪਰ ਸਾਹਿਬ ਕਚਹਿਰੀ ਹੈ, ਕਿ ਤੁਸੀਂ ਕਚਹਿਰੀ ਘੁੰਮਦੇ ਪਏ ਹੋ, ਮੈਸੇਜ ਪੁਲਿਸ ਨੂੰ ਵੀ ਪਾਇਆ ਹੋਊਗਾ, ਪੋਸਟ ਪਾਈ ਜਾਂ ਇਹਨਾਂ ਨੂੰ ਪਾਈ, ਇਹ ਘੁੰਮਦੇ ਪਏ, ਮਤਲਬ ਇਹ ਕੀ ਹੈ? ਮਤਲਬ ਰੇਕੀ ਹੋ ਰਹੀ ਹੈ ਨਾ, ਰੇਕੀ ਹੋ ਰਹੀ ਹੈ, ਫਿਰ ਵੀ ਸੁਰੱਖਿਆ ਨਹੀਂ, ਸੁਰੱਖਿਆ ਦੇ ਨਾਂ ਦੀ ਖਾਨਾ ਪੂਰਤੀ। ਫਿਰ ਮੈਂ ਕਹਿੰਦਾ ਪੰਜਾਬ 'ਚ ਹਿੰਦੂਆਂ ਨੂੰ ਹੱਕ ਕਿੱਦਾਂ ਲੈਣਾ ਪੈਣਾ, ਧਰਨੇ ਲਾ ਕੇ।
ਸਾਨੂੰ ਪਤਾ ਹੈ ਕਿ 48 ਘੰਟੇ ਦੇ ਵਿੱਚ ਕੋਈ ਸੋਲਵ ਨਹੀਂ ਹੋਣਾ। ਇੱਥੇ ਪ੍ਰਸ਼ਾਸਨ ਦਾ ਕੋਈ ਵੀ ਬੰਦਾ ਇੱਥੇ ਹਜੇ ਤੱਕ ਆਇਆ ਨਹੀਂ ਹੈ। ਪੁੱਛਣ ਕੀ ਬਖਸ਼ੀ ਸਾਹਿਬ ਕੀ ਹੋਇਆ, ਥਾਪਰ ਸਾਹਿਬ ਦਾ ਕੇਸ ਨਹੀਂ ਇਹਦਾ ਟਰੇਸ ਹੋਇਆ ਤੇ ਬਖਸ਼ੀ ਦੇ ਗਲਤ ਬੜੀ ਦੂਰ ਹੈ। ਤੁਸੀਂ ਇਹ ਦੇਖੋ, ਮੈਂ ਉਹੀ ਗੱਲ ਕਹਿੰਦਾ ਕਿ ਪੰਜਾਬ ਦੇ ਵਿੱਚ ਸ਼ਰੇਆਮ ਜਿਹੜੀ ਗੁੰਡਾ ਕਰਦੀ ਹੈ, ਇਹ ਕਿਹੜੀ ਸਰਕਾਰ ਜਿਹੜੀ ਚਲਵਾ ਰਹੀ ਹੈ, ਇਹ ਸਰਕਾਰਾਂ ਦੇ ਕੰਮ ਨੇ। ਤੁਸੀਂ ਥਾਪਰ ਜੀ, ਮੈਂ ਕਰਦਾ ਤੁਹਾਡੇ ਨਾਲ ਗੱਲ, ਥਾਪਰ ਜੀ ਕਿਹਨਾਂ ਵੱਲੋਂ ਪੋਸਟਾਂ ਪਾਈਆਂ ਜਾ ਰਹੀਆਂ, ਕੀ ਪੋਸਟ ਪਾਈ ਜਾ ਰਹੀ? ਕੱਟੜਪੰਥੀਆਂ ਵੱਲੋਂ ਇਹ ਪਾਇਆ ਗਿਆ ਵੀ ਥਾਪਰ ਦੁਆਰਤੀ ਟਾਂਕੇ ਲਾਉਣ ਨੂੰ ਤਿਆਰ ਹੋ ਗਿਆ, ਲੋਕੇਸ਼ਨ ਲੁਧਿਆਣਾ ਕਚਹਿਰੀ। ਤੇ ਉਹਨਾਂ ਨੂੰ ਜਾਣਕਾਰੀ ਕਿੱਦਾਂ ਮਿਲ ਰਹੀ ਹੈ, ਰੇਕੀ ਕੀਤੀ ਜਾ ਰਹੀ? ਰੇਕੀ ਕਰਦੇ ਆ, ਗੱਲ ਨੂੰ ਤੁਸੀਂ ਸਮਝਿਆ ਨਹੀਂ। ਦੇਖੋ ਮੈਂ ਫਿਰ ਤੁਹਾਨੂੰ ਕਹਿੰਦਾ, ਮੈਂ ਜਦੋਂ ਮੇਰੇ ਤੇ ਹਮਲਾ ਹੋਇਆ ਨਾ, ਜਾਂ ਤਾਂ ਦਮ ਸੀਗਾ ਖੜਦਾ, ਜਦੋਂ ਨੂੰ ਮੈਂ ਉੱਠਿਆ ਉਹਨਾਂ ਨੂੰ ਤੁਸੀਂ ਸਕੂਟਰੀ ਲੈ ਕੇ ਭੱਜ ਲਏ। ਗੱਲ ਨੂੰ ਸਮਝੋ ਨਾ, ਜੇ ਏਡੇ ਹੀ ਤੂੰ ਸੂਰਮੇ ਸੀ ਖੜਦੇ ਉੱਤੇ, ਖੜੇ ਕਿਉਂ ਨਹੀਂ? ਇਹ ਗਿੱਦੜ ਨੇ, ਗਿੱਦੜ ਚਾਰ ਗਿੱਦੜ ਮਿਲ ਕੇ ਸ਼ੇਰ ਨੂੰ ਡਰਾ ਤਾਂ ਸਕਦੇ ਆ ਥੋੜ੍ਹਾ ਬਹੁਤਾ, ਮਾਰ ਨਹੀਂ ਸਕਦੇ। ਗੱਲ ਨੂੰ ਸਮਝੋ, ਗਿੱਦੜਾਂ ਵਾਲੇ ਕੰਮ ਕਰ ਰਹੇ ਆ, ਪੰਜਾਬ ਦੇ ਅੰਦਰ ਨਿਹੰਗਵਾਦ ਚੱਲ ਰਿਹਾ। ਮੈਂ ਜਿਹੜੀਆਂ ਸੱਚੀਆਂ ਨਿਹੰਗ ਜਥੇਬੰਦੀਆਂ ਉਹਨਾਂ ਨੂੰ ਫਿਰ ਅਪੀਲ ਕਰੂੰਗਾ ਕਿ ਉਹਨਾਂ ਨੂੰ ਅੱਗੇ ਆ ਕੇ ਇਹਨਾਂ ਲੋਕਾਂ ਦਾ ਪਰਦਾਫਾਸ਼ ਕਰਨਾ ਚਾਹੀਦਾ ਜੋ ਪੰਜਾਬ ਦੇ ਅੰਦਰ ਨਿਹੰਗਵਾਦ ਚੱਲ ਰਿਹਾ। ਸਾਰੇ ਦੇਖੋ, ਬਾਣਾ ਗਲਤ ਨਹੀਂ ਹੈ, ਮੈਂ ਫਿਰ ਤੁਹਾਨੂੰ ਵਾਰ ਵਾਰ ਕਹਿੰਦਾ, ਗੁਰੂਆਂ ਦਾ ਦਿੱਤਾ ਬਾਣਾ ਹੈ। ਮੈਂ ਉਦੋਂ ਉਹਨੂੰ ਵੀ ਇਹੀ ਗੱਲ ਕਹੀ ਸੀ ਜਿਹੜਾ ਮੇਰੇ 'ਤੇ ਹਮਲਾ, ਮੈਂ ਕਿਹਾ ਗੁਰੂਆਂ ਦਾ ਦਿੱਤਾ ਬਾਣਾ, ਮੈਂ ਤੈਨੂੰ ਪ੍ਰਣਾਮ ਕਰਦਾ, ਕਿਉਂਕਿ ਜੇ ਮੈਂ ਕੁਝ ਕਰਤਾ ਤਾਂ ਬੇਅਦਬੀ ਦਾ ਇਲਜ਼ਾਮ ਲੱਗਣਾ। ਪੰਜਾਬ 'ਚ ਹੁਣ ਚੋਣਾਂ ਹੋ ਕੇ ਹਟੀਆਂ, ਚੋਣਾਂ ਦੌਰਾਨ ਇੱਦਾਂ ਦੀ ਜਿਹੜੀ ਕੋਈ ਵੀ, ਵੈਸੇ ਤਾਂ ਚਲੋ ਨਾ ਹੀ ਇੱਦਾਂ ਦੀ ਕੋਈ ਗੱਲ ਵੀ ਤਾਂ ਇਹੀ ਹੈ ਨਾ ਵੀ ਕੱਲ੍ਹ ਹਜੇ ਚੋਣਾਂ ਦਾ ਰਿਜ਼ਲਟ ਆਏ ਨਹੀਂ ਯਾਰ, ਉਸੇ ਰਾਤ ਨੂੰ ਆਪਾਂ ਕਹਿ ਦਈਏ ਵੀ ਯੋਗੇਸ਼ ਬਖਸ਼ੀ ਦੇ ਘਰੇ ਇੱਕ ਪੈਟਰੋਲ ਬੰਬ ਜਿਹੜੇ ਜੰਮੂ ਕਸ਼ਮੀਰ 'ਚ ਵੱਸਦੇ ਹੁੰਦੇ ਸੀਗੇ, ਜਿੱਥੇ ਅੱਤਵਾਦੀ ਜਿਹੜੇ ਏਰੀਏ ਗਿਣੇ ਉੱਥੇ ਵੱਸਦੇ ਹੁੰਦੇ ਸੀ, ਅੱਜ ਪੰਜਾਬ ਦੇ ਮੇਨ ਜਿਹੜਾ ਮਾਨਚੈਸਟਰ ਲੁਧਿਆਣਾ ਵਿੱਚ ਇਹ ਘਟਨਾ ਵਾਪਰਦੀ, ਕਿਹਦੀ ਮਤਲਬ ਘਟਨਾ, ਉਹ ਕੋਈ ਨਵੀਂ ਘਟਨਾ ਨਹੀਂ ਹੈ। ਨਾਲੇ 3 ਮਹੀਨੇ 'ਚ ਦੂਜੀ ਘਟਨਾ ਹੋ ਗਈ, 3 ਮਹੀਨੇ 'ਚ, 5 ਜੁਲਾਈ ਨੂੰ ਪਹਿਲੀ ਮੇਰੇ ਵਾਲੀ ਹੋ ਰਹੀ ਆ, ਬਖਸ਼ੀ ਸਾਹਿਬ ਇੱਧਰ ਹੁਣ ਬਖਸ਼ੀ ਸਾਹਿਬ ਵਾਲੀ ਹੋ ਗਈ, ਬਖਸ਼ੀ ਸਾਹਿਬ 3 ਮਹੀਨੇ 'ਚ ਦੂਜੀ ਘਟਨਾ ਹੋ ਗਈ ਜ਼ਬਰਦਸਤ। ਇਹ ਆਪਣੇ ਜਿਹੜੇ ਵਿਧਾਇਕ ਨੇ ਉਹਨਾਂ ਨੂੰ ਕੋਈ ਪਹੁੰਚਾਈ ਹੈ ਹੁਣ ਤੱਕ ਜਾਣਕਾਰੀ? ਨਹੀਂ, ਇਹ ਦੱਸਣਾ ਪਊਗਾ ਕਿ ਵਿਧਾਇਕ ਸਾਹਿਬ ਤੁਸੀਂ ਇੱਥੇ ਆਓ, ਸਾਡਾ ਪਤਾ ਕਰੋ, ਜਾਣਕਾਰੀ ਤੁਸੀਂ ਸੋਸ਼ਲ ਮੀਡੀਆ ਐਡੀ ਖਬਰ ਰਾਤ ਦੀ ਐਕਟਿਵ ਹੋਈ ਹੋਵੇ, ਮੈਂ ਕਹਿੰਦਾ ਪੇਜ ਭਰੇ ਪਏ ਆ, ਮੰਤਰੀ ਸਾਹਿਬ ਇੱਥੇ, ਮੰਤਰੀ ਸਾਹਿਬ ਇੱਥੇ ਖੁਦ ਹੋਣ ਤੇ ਹਿੰਦੂਆਂ ਨੂੰ ਕਹਿਣਾ ਪਏਗਾ, ਜੇ ਕੋਈ ਹੋਰ ਹੁੰਦਾ ਨਾ, ਮਤਲਬ ਹੋਰ ਸਮੁਦਾਇ ਹੁੰਦਾ ਤੇ ਉੱਥੇ ਮੰਤਰੀ ਸਾਹਿਬ ਵੀ ਬੈਠੇ ਹੁੰਦੇ। ਮੈਂ ਦੱਸਦਾ, ਮੈਂ ਕਿਸੇ ਨੇ ਪੁੱਛਿਆ ਤੱਕ ਨਹੀਂ, ਪ੍ਰਸ਼ਾਸਨ ਦਾ ਕੋਈ ਨੁਮਾਇੰਦਾ ਆਇਆ ਜੀ? ਰਾਤ ਨੂੰ ਆਇਆ ਸੀਗਾ ਜੀ, ਰਾਤ ਨੂੰ ਆਇਆ ਸੀ, ਰਿਪੋਰਟ ਨਹੀਂ ਆਇਆ। ਪ੍ਰਸ਼ਾਸਨ ਵੱਲੋਂ ਕੀ ਉਹ ਕਹਿੰਦੇ ਕੈਮਰਾ ਚੈੱਕ ਕਰਦੇ ਜੀ, ਬਸ ਫੜੇ ਜਾਂਦੇ ਨੇ ਔਰ ਉਹ 2 ਬੰਦੇ ਫੜਨ ਤੋਂ ਬਾਅਦ ਜੇਲ੍ਹਾਂ 'ਚ ਬਹਿ ਕੇ ਇਹਨੂੰ ਤਾਕਤ ਕਿਲਿੰਗ ਦੀ ਪਲੈਨਿੰਗ ਕਰਦੇ ਨੇ, ਇਹ ਰਿਜ਼ਲਟ ਹੈ। ਸੰਦੀਪ ਥਾਪਰ 'ਤੇ ਹਮਲਾ ਹੁੰਦਾ ਵਾ, 5 ਬੰਦੇ ਆ ਜਿਹਨੇ, 2 ਬੰਦੇ ਹਜੇ ਵੀ ਫਰਾਰ ਨੇ, ਸਾਨੂੰ ਸਰਕਾਰ ਨੇ ਕਲੀਅਰ ਨਹੀਂ ਕੀਤਾ ਵੀ ਇਹਨਾਂ ਹਮਲਾ ਕਰਨ ਵਾਲੀ ਸਾਜ਼ਿਸ਼ਕਰਤਾ ਕੌਣ ਸੀ, ਕਿਹਦੇ ਕਹਿਣ 'ਤੇ ਹਮਲਾ ਹੋਇਆ, ਕੌਣ ਬੰਦੇ ਸੀਗੇ, ਕਿੱਧਰੋਂ ਆਏ ਸੀਗੇ, ਕੌਣ ਮਾਸਟਰ ਮਾਇੰਡ ਸੀਗਾ, ਕੋਈ ਖੁਲਾਸਾ ਹੀ ਨਹੀਂ। ਜਿਹੜੇ ਬੰਦੇ ਜੇ ਬੰਦੇ ਸਰਕਾਰ ਪਕੜਦੀ ਆ, ਟਾਰਗੇਟ ਕਿਲਿੰਗ ਵਾਲੇ ਬੰਦੇ ਪਕੜਦੀ ਆ, ਉਹਨੂੰ ਜਗ ਜ਼ਾਹਿਰ ਕਿਉਂ ਨਹੀਂ ਕਰਦੇ? ਕਿਉਂ ਤੁਸੀਂ ਠੰਡੇ ਬਿਸਤਰ 'ਤੇ ਦਬਾ ਦਿੰਦੇ ਹੋ? ਦੱਸਦੇ ਕਿਉਂ ਨਹੀਂ ਵੀ ਤੈਨੂੰ ਅੱਜ ਬੰਦਾ ਮਾਰਨ? ਪਹਿਲੇ ਜੇ ਪੁਰਾਣੇ ਜਿਹੜੇ ਸਰਕਾਰਾਂ ਸੀਗੀਆਂ ਨਾ, ਉਹ ਦੱਸਦੀਆਂ ਸੀਗੀਆਂ ਵੀ ਯੋਗੇਸ਼ ਬਖਸ਼ੀ ਜੀ ਆਪਦਾ ਧਿਆਨ ਰੱਖਿਓ ਵੀ ਤੁਹਾਡਾ ਕੋਈ ਸੈੱਲ ਫੜਿਆ ਤੁਹਾਨੂੰ ਮਾਰਨ ਲਈ ਆਇਆ ਸੀ। ਅੱਜ ਕੱਲ੍ਹ ਤਾਂ ਹਵਾ 'ਚ ਗੱਲਾਂ ਨੇ ਜੀ। ਹੁਣ ਯੋਗੇਸ਼ ਬਖਸ਼ੀ ਉੱਤੇ ਹਮਲਾ ਹੋਇਆ, ਕਿਆ ਤੁਸੀਂ ਕੋਈ ਸਰਕਾਰ ਦਾ ਨੁਮਾਇੰਦਾ ਨੂੰ ਗਰੰਟੀ ਲਿਖ ਕੇ ਕਹਿ ਸਕਦਾ ਵੀ ਅਸੀਂ ਬੰਦੇ 24 ਘੰਟੇ ਫੜ ਲਵਾਂਗੇ, ਅਸੀਂ ਬੰਦੇ 48 ਘੰਟੇ ਫੜ ਲਵਾਂਗੇ, 3 ਮਹੀਨੇ ਥਾਪਰ ਦਾ 2 ਬੰਦੇ ਨਹੀਂ ਫੜੇ ਗਏ? ਲੁਧਿਆਣਾ ਪੁਲਿਸ ਅਕਸਰ ਦਾਅਵਾ ਕਰਦੀ ਹੈ ਚੱਲ ਰਿਹਾ ਜੋ 90 ਦਾ ਦਸ਼ਕ ਜੰਮੂ ਐਂਡ ਕਸ਼ਮੀਰ 'ਚ ਚੱਲਦਾ ਸੀ ਨਾ, 90 'ਚ ਜਿੱਦਾਂ ਹਿੰਦੂ ਰਾਤੋਂ ਰਾਤ ਭੱਜਿਆ ਸੀ, ਉਹ ਹਾਲਾਤ ਪੰਜਾਬ ਦੇ ਪੈਦਾ ਕੀਤੇ ਜਾ ਰਹੇ ਆ, ਪੰਜਾਬ ਨੂੰ ਕਸ਼ਮੀਰ ਬਣਾਇਆ ਜਾ ਰਿਹਾ। ਅਗਲਾ ਹੁਣ ਕੀ ਤੁਹਾਡਾ ਕਦਮ ਰਹੇਗਾ? ਕੀ ਸਮਸਤ 48 ਘੰਟੇ ਦਾ ਟਾਈਮ ਦਿੱਤਾ ਗਿਆ ਪ੍ਰਸ਼ਾਸਨ ਨੂੰ, ਸਾਰੇ ਮੀਡੀਆ ਨਾਲ ਹੀ ਕਿਹਾ ਗਿਆ, ਉਸ ਤੋਂ ਬਾਅਦ ਕੋਰ ਕਮੇਟੀ, ਠੀਕ ਹੈ ਜੀ, ਜਾਗੋ ਕਮੇਟੀ, ਮਤਲਬ ਸਾਰੇ ਪੰਜਾਬ ਦੇ ਹਿੰਦੂ ਸੰਗਠਨ ਲੁਧਿਆਣੇ ਇਕੱਠੇ ਹੋਣਗੇ, ਫਿਰ ਉਸ ਤੋਂ ਬਾਅਦ ਅਗਲਾ ਜਿਹੜਾ ਪ੍ਰੋਗਰਾਮ ਦਿੱਤਾ ਜਾਊਗਾ ਕਿ ਆਪਾਂ ਕੀ ਕੀਤਾ ਜਾਵੇ। 48 ਘੰਟੇ 'ਚ ਪ੍ਰਸ਼ਾਸਨ ਨੇ ਕੇਸ ਟ੍ਰੇਸ ਕਰਤਾ, ਠੀਕ ਹੈ, ਨਹੀਂ ਤਾਂ ਪੰਜਾਬ ਦੇ ਅਲੱਗ ਅਲੱਗ ਜ਼ਿਲ੍ਹਿਆਂ ਦੇ ਵਿੱਚ ਸ਼ਹਿਰ ਹੀ ਬੰਦ ਕਰਾਏ ਜਾਣਗੇ। ਠੀਕ ਹੈ ਜੀ, ਤਾਂ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਇਕੱਠ ਜਿਹੜਾ ਸ਼ਿਵ ਸੈਨਿਕਾਂ ਵੱਲੋਂ ਕੀਤਾ ਗਿਆ ਔਰ ਉਹਨਾਂ ਦੇ ਘਰ ਦੇ ਉੱਪਰ ਜਿਹੜਾ 2 ਨੌਜਵਾਨਾਂ ਵੱਲੋਂ ਜਿਨ੍ਹਾਂ ਨੇ ਮੂੰਹ ਢੱਕੇ ਹੋਏ ਸੀ ਹੈਲਮਟ ਦੇ ਨਾਲ, ਕਿਹਾ ਜਾ ਰਿਹਾ ਕਿ CCTV ਵੀਡੀਓ ਜਿਹੜੀ ਹੈ ਉਹ ਮੌਕੇ ਦੀ ਹੈ,
वह भी असी कोशिश करांगे कि असी तुहानू नाल जिहड़ी वीडियो भी नाल दिखा दीए और 48 घंटे का जिहड़ा अल्टीमेटम दिता प्रशासन नू कि अगर नहीं पता लगता पुलिस नू कि वह व्यक्ति कौन सीगे किन्हां वल्लों उन्हां दी मंशा की सी इल्जाम ने जिहड़े किया जा रहा कि हिंदू नेतावां नू जिहड़ा पंजाब दे विच टारगेट किया जा रहा कट्टरपंथियों वल्लों हुण पुलिस का सारे मामले लैके की कहना यह भी वेखण वाली गल आ और 48 घंटिया दे विच पुलिस वल्लों की कुछ एक्शन जिहड़ा लिया जाएगा की कुछ किया जाएगा 48 घंटिया तो बाद किया गया कि सारे हिंदू जिहड़े संगठन ने इकट्ठे होवांगे और जिहड़ा इस संघर्ष नूं होर जिहड़ा तिखा करांगे कि साडे उपर जिहड़े हमले हो रहे ने बार बार जिहड़े क्यों हो रहे ने और किन्हां वल्लों हो रहे ने सानू दस्या नहीं जा रहा। सरकार दे उपर भी यह सवाल उठाए ने कि पहलियां सरकारां दे विच सानू जानकारी दे दित्ती जांदी सीगी परंतु इस बार तां सरकार वल्लों कुछ भी जिहड़ा सानू जाहर नहीं किया जा रहा कि छुपाया जा रहा। सरकार वल्लों भी कई गल्लां जिहड़ियां छुपाइयां जा रहियां ने परंतु एक चीज़ इत्थे सोचण वाली गल है कि इस तरह के जिहड़े इंसीडेंट ने किते ना किते हिंदू सिख भाईचारक जिहड़ी सांझ आ साडी उन्हों विगाड़न दे विच जिहड़ा अहम रोल जरूर अदा कर दियां ने। सो नवें अपडेट ना फिर दोबारा तुहानू मिलांगा। कैमरा पर्सन हनी दे नाल हरविंदर सिंह ढिल्लों लुधियाणा लाइव।